ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਵਾਈਲਡਲਾਈਫ ਸੈਂਚਰੀ ਸਕੀਮ ਕੀ ਹੈ ਇਹ ਨੈਸ਼ਨਲ ਪਾਰਕਸ ਨਾਲ ਕਿਵੇਂ ਵੱਖਰੀ ਹੈ ਉਹਨੀ ਹੈ ਯਾਨਕਿ ਨੈਸ਼ਨਲ ਪਾਰਕਸ ਅਤੇ ਵਾਈਲਡਲਾਈਫ ਸੈਂਚਰੀਸ ਦੇ ਵਿੱਚ ਕੀ ਫਰਕ ਹੁੰਦਾ ਇਸ ਦੇ ਨਾਲ ਹੀ ਗੱਲ ਕਰਾਂਗੇ ਪੰਜਾਬ ਦੀਆਂ ਵਾਈਲਡਲਾਈਫ ਸੈਂਚਰੀਸ ਬਾਰੇ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਸੋ ਪਹਿਨਾ ਆਪਾਂ ਗੱਲ ਕਰ ਦਿੰਨੇ ਕਿ ਵਾਈਲਡਲਾਈਫ ਸੈਂਚਰੀਸ ਕੀ ਹੁੰਦੀ ਹੈ ਗੱਲ ਕਰੀ ਵਾਈਲਡਲਾਈਫ ਸੈਂਚਰੀਸ ਦੀ ਤਾਂ ਇੱਕ ਐਗੋ ਜਿਹੀ ਥਾਂ ਹੁੰਦੀ ਹੈ ਜਿੱਥੇ ਜਾਨਵਰ ਉਹਦੇ ਘਰ ਅਤੇ ਉਹਦੇ ਆ ਉਦਾਹੇ ਹੈਬਿਟੈਟ ਅਤੇ ਉਹਦੀ ਸਰਾਊਂਡਿੰਗ ਨੂੰ ਪ੍ਰੋਟੈਕਟ ਕੀਤਾ ਜਾਂਦਾ ਬਚਾਇਆ ਜਾਂਦਾ ਅਤੇ ਇਸ ਥਾਂ ਦੇ ਅੰਦਰ ਵਾਈਲਡਲਾਈਫ ਸੈਂਚਰੀ ਦੇ ਏਰੀਆ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਜਾਨਵਰ ਨੂੰ ਮਾਰਨਾ ਜਾਂ ਉਹਨੂੰ ਫੜਨਾ ਪੂਰੀ ਤਰ੍ਹਾਂ ਗੈਰਕਾਨੂੰਨੀ ਮੰਨਦਾ। ਸੋ ਹੁਣ ਇੱਕ ਸ਼ਬਦ ਜਿਹੜਾ ਕਿ ਇਹ ਨੈਸ਼ਨਲ ਪਾਰਕ ਉਹ ਤੁਸੀਂ ਜ਼ਰੂਰ ਸੁਣਿਆ ਹੋਣਾ। ਹੁਣ ਆਪਾਂ ਇਹੀ ਗੱਲ ਕਰਦੇ ਹਾਂ ਕਿ ਨੈਸ਼ਨਲ ਪਾਰਕ ਅਤੇ ਵਾਈਲਡਲਾਈਫ ਸੈਂਚਰੀ ਦੇ ਵਿੱਚ ਕੀ ਫਰਕ ਹੁੰਦਾ। ਸੋ ਜਿਹੜਾ ਮੁੱਖ ਅੰਤਰਾ ਹੈ ਦੋਨਾਂ ਦੇ ਵਿੱਚ ਉਹ ਇਹ ਹੈ ਕਿ ਜਿਹੜੇ ਨੈਸ਼ਨਲ ਪਾਰਕਾਂ ਇਨ੍ਹਾਂ ਦੇ ਵਿੱਚ ਫਲੋਰਾ ਅਤੇ ਫੋਨਾ ਦੋਨਾਂ ਨੂੰ ਬਚਾਇਆ ਜਾਂਦਾ ਹੈ ਯਾਨੀ ਕਿ ਦੋਨੋਂ ਜਾਨਵਰਾਂ ਅਤੇ ਬੂਟਿਆਂ ਨੂੰ ਬਚਾਇਆ ਜਾਂਦਾ ਹੈ ਜਦਕਿ ਜਿਹੜੀ ਵਾਈਲਡਲਾਈਫ ਸੈਂਚਰੀ ਹੈ ਇਹਦੇ ਵਿੱਚ ਸਿਰਫ ਜਾਨਵਰਾਂ ਜਿਹੜੇ ਉਹਨਾਂ ਨੂੰ ਮੇਨ ਫੋਕਸ ਰੱਖਿਆ ਜਾਂਦਾ ਹੈ ਯਾਨੀ ਕਿ ਖਾਸ ਤੌਰ ਤੇ ਜਾਨਵਰਾਂ ਨੂੰ ਹੀ ਬਚਾਇਆ ਜਾਂਦਾ ਹੈ ਦੂਜੇ ਮੁੱਖ ਅੰਤਰ ਆ ਜਾਂਦਾ ਹੈ ਉਹ ਇਹ ਕਿ ਨੈਸ਼ਨਲ ਪਾਰਕ ਹੈ ਜਿਹੜਾ ਇੱਥੇ ਗਰੇਜ਼ਿੰਗ ਯਾਨੀ ਕਿ ਮੱਝਾਂ ਗਾਵਾਂ ਨੂੰ ਚਰਾਉਣਾ ਪੂਰੀ ਤਰ੍ਹਾਂ ਪਾਬੰਦੀ ਹੁੰਦੀ ਹੈ ਇਸ ਚੀਜ਼ ਤੇ ਜਦਕਿ ਜਿਹੜੀ ਵਾਈਲਡਲਾਈਫ ਸੈਂਚਰੀ ਇੱਥੇ ਮੱਝਾਂ ਗਾਵਾਂ ਨੂੰ ਚਰਾਇਆ ਜਾ ਸਕਦਾ ਸੋ ਹੁਣ ਆਪਾਂ ਗੱਲ ਕਰ ਲੈਨੇ ਪੰਜਾਬ ਦੀਆਂ ਵਾਈਲ ਇੱਕ ਗੱਲ ਮੈਂ ਆਮ ਹੀ ਦੇਖੀ ਹੈ ਕਿ ਜਦੋਂ ਵੀ ਵਾਈਲਡ ਲਾਈਫ ਸੈਂਚਰੀਜ਼ ਦੀ ਗੱਲ ਹੋਉਂਦੀ ਹੈ ਉਹ ਤਾਂ ਹਮੇਸ਼ਾ ਲੋਕਾਂ ਦੇ ਦਿਮਾਗ ਦੇ ਵਿੱਚ ਅਫਰੀਕਾ ਹੀ ਆਉਂਦਾ ਕਿ ਵਾਈਲਡ ਲਾਈਫ ਸੈਂਚਰੀਜ਼ ਉੱਥੇ ਨੇ ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਕੁਝ 13 ਵਾਈਲਡ ਲਾਈਫ ਸੈਂਚਰੀਜ਼ ਨੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਦਿੰਨੇ ਆਂ ਬੀਰ ਮੋਤੀ ਬਾਗ ਵਾਈਲਡ ਲਾਈਫ ਸੈਂਚਰੀ ਦੀ ਜੋ ਕਿ ਪਟਿਆਲਾ ਸ਼ਹਿਰ ਤੋਂ ਤਕਰੀਬਨ 5 ਕਿਲੋਮੀਟਰ ਦੂਰ ਹੈ ਅਤੇ ਇਹ ਪੂਰੇ 650 ਐਕਟਰ ਦੇ ਵਿੱਚ ਫੈਲੀ ਹੋਈ ਹੈ ਇਸ ਦੇ ਨਾਲ ਹੀ ਇਸ ਵਾਈਲਡ ਲਾਈਫ ਸੈਂਚਰੀ ਦੇ ਅੰਦਰ ਬਲੈਕ ਬੱਕ ਜਾਂ ਕਿ ਜਿਹਨੂੰ ਆਪਾਂ ਕਾਲਾ ਹਿਰਨ ਕਹਿੰਦੇ ਨੇ ਜੋ ਕਿ ਪੰਜਾਬ ਦਾ ਸਟੇਟ ਐਨੀਮਲ ਵੀ ਹੈ ਉਹ ਪਾਇਆ ਜਾਂਦਾ ਚੀਤਲ ਜਿਹੜਾ ਹਿੰਦੇ ਉੱਪਰ ਛਿੱਟੇ-ਛਿੱਟੇ ਸਪਾਟਸ ਹੁੰਨੇ ਉਹ ਵਾਲਾ ਇਹਨਾਂ ਪਾਇਆ ਜਾਂਦਾ ਆਗ ਡੀਅਰ ਇਹ ਵਾਲਾ ਹਿੰਨੇ ਜਿਹੜੇ ਥੋੜਾ ਮਦਰੇ ਦੇ ਆਕਾਰ ਦਾ ਹੁੰਦਾ ਇਹ ਪਾਇਆ ਜਾਂਦਾ ਬਲੂ ਬੱਲ ਯਾਨੀ ਕਿ ਨੀਲਗਾ ਵਾਈਲਡ ਬੋਰ ਯਾਨੀ ਕਿ ਜੰਗਲੀ ਸੂਰ ਰੈਸਸ ਮੰਕੀ ਜਿੰਨੂੰ ਕਿ ਆਪਾਂ ਆਮ ਬਾਂਦਰ ਜਿਹੜੇ ਆਪਾਂ ਦੇਖਦੇ ਆ ਉਹ ਵਾਲੇ ਵੀ ਪਾਇਏ ਜਾਂਦੇ ਪੀਫੌਲ ਅਤੇ ਕੁਆਲਿਸ ਜਿਨ੍ਹਾਂ ਕਿ ਤਿੱਤਰ ਹੋਗੇ ਜਾਂ ਮੋਰ ਹੋਗੇ ਇਹ ਵੀ ਉੱਥੇ ਪਾਇਏ ਜਾਂਦੇ ਇਸ ਦੇ ਨਾਲ ਹੀ ਇਹੇ ਪੜਨੇ ਸੈਂਚਰੀ ਜਿਹੜੀ ਇੱਕ ਕੱਲੀ ਅਜਿਹੀ ਵੱੜਲੇ ਸੈਂਚਰੀ ਹੈ ਪੰਜਾਬ ਦੀ ਜਿਸ ਦੇ ਵਿੱਚ ਇੱਕ ਡਾਇਰ ਪਾਰਕ ਵੀ ਬਣੀ ਹੋਈ ਹੈ ਹੁਣ ਆਪਾਂ ਗੱਲ ਕਰ ਲੈਨੇ ਦੂਜੀ ਵੱੜਲੇ ਸੈਂਚਰੀ ਦੀ ਜੋ ਕਿ ਬੇਰ ਗੁਰਦੇਵਾਲਪੁਰ ਵਾਈਲਡਲਾਈਫ ਸੈਂਚਰੀ ਇਹ ਪਟਿਆਲਾ ਸਹਿਤੋਂ ਤਕਰੀਬਨ 45 ਕਿਲੋਮੀਟਰ ਦੂਰ ਪਟਿਆਲਾ ਸਮਾਣਾ ਰੋਡ ਦੇ ਉੱਤੇ ਪਾਈ ਜਾਂਦੀ ਹੈ ਅਤੇ ਇਹ 620 ਹੈਕਟੇਰ ਦੇ ਵਿੱਚ ਫੈਲੀ ਹੋਈ ਹੈ ਇਸ ਦੇ ਨਾਲ ਹੀ ਇਸ ਸੈਂਚਰੀ ਦੇ ਵਿੱਚ ਵਾਈਲਡ ਬੋਰ ਬਲੂ ਬੁੱਲ ਜੰਗਲ ਕੈਟ ਜਿਹਨੂੰ ਕਿ ਜੰਗਲੀ ਬਿੱਲੀ ਵੀ ਕਹਿੰਦੇ ਨੇ ਜੈਕਲ ਹੌਗ ਡੀਅਰ ਰੈਸਸਸ ਮੰਕੀ ਪੀਫਾਲ ਅਤੇ 스ਪੌਟਡ ਆਉਲਟ ਜਾਂ ਫਿਰ ਜਿਨੂੰ ਆਪਾਂ ਉਲਦੂ ਵੀ ਕਹਿੰਦੇ ਨੇ ਹੈ ਚੁਗਲ ਕਹਿੰਦੇ ਨੇ ਉਹ ਵੀ ਇਸ ਸੈਂਚਰੀ ਦੇ ਵਿੱਚ ਪਾਏ ਜਾਂਦੇ ਨੇ ਤੀਜੀ ਵਾਰ ਦੀ ਸੈਂਚਰੀ ਆ ਜਾਂਦੀ ਹੈ ਉਹ ਹੈ ਬੀਰ ਪੁੰਨਰਹੇੜੀ ਵਾਈਲਡਲੈਸ ਸੈਂਚਰੀ ਜੋ ਕਿ ਪਟਿਆਲਾ ਸ਼ਹਿਰ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਅਤੇ ਪਟਿਆਲਾ ਦੇਵੀਗੜ੍ਹ ਰੋਡ ਦੇ ਉੱਤੇ ਪਾਈ ਜਾਂਦੀ ਹੈ ਇਹ ਵਾਈਲਡਲੈਸ ਸੈਂਚਰੀ ਵੀ ਪਿਛਲੀ ਵਾਂਗ 620 ਹੈਕਟੇਰ ਦੀ ਹੀ ਹੈ ਇਸ ਦੇ ਨਾਲ ਹੀ ਇਸ ਵਾਈਲਡਲੈਸ ਸੈਂਚਰੀ ਦੇ ਅੰਦਰ ਹੌਗ ਡੀਅਰ ਬਲੂ ਬੁਲ ਪਰਕੋਪਾਈਨ ਪਰਕੋਪਾਈਨ ਨੂੰ ਸਹੀ ਕਹ ਦਿੰਦੇ ਨੇ ਜਿਹਦੇ ਕੰਡੇ ਹੁੰਦੇ ਸਰੀਰ ਤੇ ਉਹ ਵਾਜ ਜਾਂਦੇ ਬਲੈਕ ਬੱਕ ਸਾਂਬਰ ਹੋਦੇ ਆ ਇਹ ਵੀ ਖੇਦਨ ਦੀ ਕਿਸਮ ਜੰਗਲ ਕੈਟ ਜੰਗਲੀ ਬਿੱਲੀ ਜੈਕਲ ਰੈਸਸ ਮੰਕੀ ਪੀਫਾਲ ਕੁਆਨਿਸ ਡਿਸਪਟਡ ਆਉਲਟ ਇਹ ਵੀ ਕੁਝ ਜਾਨਵਰ ਨੇ ਜੋ ਇਸ ਵਾਈਲਡਲੈਸ ਸੈਂਚਰੀ ਦੇ ਵਿੱਚ ਪਾਏ ਜਾਂਦੇ ਨੇ ਹੁਣ ਗੱਲ ਕਰ ਦਿੰਦੇ ਨੇ ਬੀਰ ਮਿਹਾਸ ਵਾਈਲਡਲੈਸ ਸੈਂਚਰੀ ਇਹ ਵਾਈਲਡਲੈਸ ਸੈਂਚਰੀ ਜਿਹੜੀ ਇਹ ਨਾਪਾ ਤੋਂ ਮਲੇਰ ਕੋਟਰ ਰੋਡ ਹੈ ਜਿਹੜੀ ਉਹਦੇ ਉੱਤੇ ਪਾਈ ਜਾਂਦੀ ਹੈ ਅਤੇ ਇਹ ਤਕਰੀਬਨ 123 ਹੈਕਟੇਰ ਦੇ ਵਿੱਚ ਫੈਲੀ ਹੋਈ ਹੈ ਇਸ ਦੇ ਨਾਲ ਹੀ ਇਹ ਸਪਾਈਲਟ ਸੈਂਚਰੀ ਦੇ ਅੰਦਰ ਰੈਸਸ ਮੰਕੀ ਜੰਗਲ ਕੈਟ ਪੀਕਾਕ ਬਲੂ ਬੁੱਲ ਜੈਕਲ ਬਲੈਕ ਐਂਡ ਗ੍ਰੇ ਪੈਟਰਿਚ ਅਤੇ ਹੋਰ ਵੀ ਕਈ ਜਾਨਵਰ ਪਾਏ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਨੇ ਬੀਡਪਾਸ ਵਾਈਲਡ ਲਾਈਫ ਸੈਂਚਰੀ ਦੀ ਇਹ ਵਾਈਲਡ ਲਾਈਫ ਸੈਂਚਰੀ ਜਿਹੜੀ ਇਹ ਪਟਿਆਲਾ ਜਿਲ੍ਹੇ ਦੇ ਭਾਤਸੋਂ ਨਾਬਾ ਰੋਡ ਦੇ ਉੱਤੇ ਪਾਈ ਜਾਂਦੀ ਹੈ ਅਤੇ ਇਹ ਤਕਰੀਬਨ 1000 ਹੈਕਟੇਰ ਦੇ ਵਿੱਚ ਫੈਲੀ ਹੋਈ ਹੈ ਇਸ ਦੇ ਨਾਲ ਹੀ ਇਹ ਸੈਂਚਰੀ ਦੇ ਅੰਦਰ ਬਲੂ ਬੁੱਲ ਜੰਗਲ ਕੈਟ ਜੈਕਲ ਰੈਸਸ ਮੰਕੀ பீフォல் ब्लैक ਐਂਡ ਗ੍ਰੇਪ ਐਡਰੇਜ ਇਰ ਪੋਟਡ ਆਊਟਲੈਟ ਅਤੇ ਕੁਝ ਹੋਰ ਵੀ ਕਈ ਜਾਨਵਰ ਪਾਈ ਜਾਂਦੇ ਨੇ ਹਮ ਤੱਕ ਜਿੰਨੀ ਆਪਾਂ ਵਾਈਲਡਲਾਈਫ ਸੈਂਚਰੀਜ਼ ਦੇਖੀਆਂ ਇਹ ਸਾਰੀਆਂ ਪਟਿਆਲੇ ਜ਼ਿਲ੍ਹੇ ਦੀਆਂ ਸੀ ਹੁਣ ਜਿਹੜੀ ਅਗਲੀ ਵਾਈਲਡਲਾਈਫ ਸੈਂਚਰੀ ਹੈ ਉਹ ਹੈ ਬੀ ਐਸਵਾਨ ਵਾਈਲਡਲਾਈਫ ਸੈਂਚਰੀ ਇਹ ਵਾਈਲਡਲਾਈਫ ਸੈਂਚਰੀ ਸੰਗਰੂਰ ਜ਼ਿਲ੍ਹੇ ਤੇ ਸੰਗਰੂਰ ਸੋਇਆ ਰੋਡ ਦੇ ਉੱਤੇ ਪਾਈ ਜਾਂਦੀ ਹੈ ਅਤੇ ਤਕਰੀਬਨ 264 ਹੈਕਟੇਰ ਦੇ ਵਿੱਚ ਫੈਲੀ ਹੋਈ ਹੈ ਇਸ ਦੇ ਨਾਲ ਹੀ ਇਸ ਵਾਈਲਡਲਾਈਫ ਸੈਂਚਰੀ ਅੰਦਰ ਵੀ ਉਹੀ ਜਾਨਵਰ ਜੋ ਕਿ ਪਿਛਲੀਆਂ ਵਾਈਲਡਲਾਈਫ ਸੈਂਚਰੀਜ਼ ਸੇ ਕਾਮਨ ਨੇ ਯਾਨੀ ਕਿ ਬਲੂ ਬੱਲ ਜੰਗਲ ਰੈਸਸ ਮੰਕੀ ਪੀ ਫਾਲ ਬਲੈਕ ਐਂਡ ਗ੍ਰੇ ਪੈਡਰਿਚ ਇਹ ਇੰਪੋਰਟੈਂਟ ਆਉਟਲੈਟ ਅਤੇ ਹੋਰ ਵੀ ਕਈ ਜਾਨਵਰ ਪਾਈ ਜਾਂਦੇ ਹਨ ਹੁਣ ਅਗਲੀ ਵਾਇਲਡਲਾਈਫ ਸੈਂਚਰੀ ਆ ਜਾਂਦੀ ਹੈ ਅਬੋਵਰ ਵਾਇਲਡਲੈਸ ਸੈਂਚਰੀ ਇਹ ਵੀ ਸੰਗਰੂਰ ਜੰਗਲ ਦੇ ਵਿੱਚ ਹੀ ਪਾਈ ਜਾਂਦੀ ਹੈ ਅਤੇ ਇਹ ਤਕਰੀਬਨ 18500 ਹੈਕਟੇਰ ਦੇ ਵਿੱਚ ਫੈਲੀ ਹੋਈ ਹੈ ਇਹ ਵਾਇਲਡਲੈਸ ਸੈਂਚਰੀ ਜਿਹੜੀ ਇਹ ਖਾਸ ਤੌਰ ਤੇ ਬਲੈਕ ਬੱਕ ਯਾਨੀ ਕਿ ਕਾਲੇ ਗੈਂ ਅਤੇ ਨੀਲ ਗਾਵ ਕਰਕੇ ਜਾਣੀ ਜਾਂਦੀ ਹੈ ਕਿਉਂਕਿ ਬਲੈਕ ਬੱਕਸ ਦੀ ਸਭ ਤੋਂ ਵੱਡੀ ਜਿਹੜੀ ਪਪੂਲੇਸ਼ਨ ਆ ਉਹ ਏਸੀ ਵਾਇਲਡਲੈਸ ਸੈਂਚਰੀ ਦੇ ਅੰਦਰ ਪਾਈ ਜਾਂਦੀ ਹੁਣ ਅਜਾਂ ਜੀ ਅਗ੍ਰੀਕੇ ਵਾਇਲਡ ਇਸ ਬੰਨੇ ਸੈਂਚਰੀ ਦੀ ਮੈਂ ਗੱਲ ਪਿਛਲੀ ਵੀਡੀਓ ਜੋ ਕਿ ਵੈਟਲੈਂਡਸ ਤੇ ਸੀ ਉਸ ਦੇ ਵਿੱਚ ਕੀਤੀ ਸੀ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਜ਼ਰੂਰ ਦੇਖਿਓ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਵੀਡੀਓ ਇਸ ਦਿਨ ਵਾਲੀ ਇਹ ਵਾਲੀ ਸੈਂਚਰੀ ਜਿਹੜੀ ਇਹ 8600 ਹੈਕਟੇਰ ਦੇ ਵਿੱਚ ਫੈਲੀ ਹੋਈ ਹੈ ਇਹ ਵਾਈਲਡ ਲਾਈਫ ਸੈਂਚਰੀ ਤੇ ਹੈ ਜਿਵੇਂ ਆਪਾਂ ਨੂੰ ਪਤਾ ਕਿ ਜ਼ਿਆਦਾਤਰ ਏਰੀਆ ਵੈਟਲੈਂਡ ਦੇ ਅੰਦਰ ਆਂਦਾ ਤਾਂ ਇੱਥੇ ਜ਼ਿਆਦਾਤਰ ਪਾਣੀ ਵਾਲੇ ਪੰਛੀ ਜਾਂ ਹੋਰ ਪੰਛੀ ਪਾਈ ਜਾਂਦੇ ਨੇ ਜਿਵੇਂ ਕਿ ਲਾਰਜਰ ਕਾਰਮੋਰੈਂਟ ਵੱਡਾ ਮਛੀਰਾ ਕਹਿੰਦੇ ਨੇ ਜਿਹਨੂੰ ਡਾਟਰ ਪਰਪਲ ਮੂਰਹਨ ਬਾਰ ਹੈਡਡ ਗੂਸ ਪਿੰਟੇਲ ਕਮਨ ਟੀਥ ਰੈਡ ਕ੍ਰੈਸਟਡ ਪੋਚਰਡ ਅਤੇ ਹੋਰ ਵੀ ਕਈ ਪੰਛੀ ਜਾਂ ਹੋਰ ਜਾਨਵਰ ਵੀ ਪਾਏ ਜਾਂਦੇ ਹੁਣ ਅਗਲੀ ਆ ਜਾਂਦੀ ਹੈ ਤਕਹੀਨੀ ਰੈਮਪੁਰ ਵਾਈਲਡਲਾਈਫ ਸੈਂਚੁਰੀ ਇਹ ਬੁਸ਼ਾਰਪੁਰ ਸ਼ਹਿਰ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਅਤੇ ਇਹ 382 ਹੈਕਟੇਅਰ ਦੇ ਵਿੱਚ ਫੈਲੀ ਹੋਈ ਹੈ ਇਸ ਵਾਈਲਡਲਾਈਫ ਸੈਂਚੁਰੀ ਦੇ ਅੰਦਰ ਇੱਕ ਕਾਫੀ ਜ਼ਿਆਦਾ ਇਨਡੇਂਜਰਡ ਐਨੀਮਲ ਜੋ ਕਿ ਐ ਪੈਂਗੋਲਿਨ ਇਹ ਬਨਾਂ ਜਾਨਵਰ ਵੀ ਇਸ ਵਾਈਲਡਲਾਈਫ ਸੈਂਚੁਰੀ ਦੇ ਅੰਦਰ ਪਾਇਆ ਜਾਂਦਾ ਹੈ ਇਸ ਦੇ ਨਾਲ ਹੀ ਹੋਰ ਜਾਨਵਰ ਜਿਵੇਂ ਕਿ ਬਾਰਕਿੰਗ ਡੀਅਰ ਪਾਈਥਨ ਆਗ ਡੀਅਰ ਜੰਗਲ ਕੈਟ ਜੈਕਲ ਲੰਗੂਸ ਯਾਨੀ ਕਿ ਨੇਵੜਾ ਰੈਟਸ ਸਨੇਕ ਅਤੇ ਬਹੁਤ ਸਾਰੇ ਕਈ ਜਾਨਵਰ ਅਤੇ ਪੰਛੀ ਪਾਈ ਜਾਂਦੇ ਹਨ ਹੁਣ ਅਗਲੀ ਵੈਣੀ ਲਾਈਫ ਸੈਂਚਰੀ ਆ ਜਾਂਦੀ ਹੈ ਝੱਜਰ ਵਾਈਲਡਲਾਈਫ ਸੈਂਚਰੀ ਇਹ ਜਿਹੜਾ ਰੋਪਨਗਰ ਦੇ ਵਿੱਚ ਪਾਈ ਜਾਂਦੀ ਹੈ ਅਤੇ ਅਨੰਦਪੁਰ ਸਾਹਿਬ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਇਸ ਦੇ ਨਾਲ ਹੀ ਇਹ ਵਾਈਲਡਲਾਈਫ ਸੈਂਚਰੀ ਜਿਹੜੀ ਇਹ 116 ਰੈਕਟਰ ਦੇ ਵਿੱਚ ਫੈਲੀ ਹੋਈ ਹੈ ਇਸ ਵਾਈਲਡਲਾਈਫ ਸੈਂਚਰੀ ਦੇ ਅੰਦਰ ਸਾਂਬਰ ਬਾਰਟਿੰਗ ਡੀਅਰ ਜੈਕਲ ਪਾਈਥਨ ਕੋਬਰਾ ਰੈਟਸ ਸਨੇਕ ਅਤੇ ਲੈਪਡ ਜੋ ਕਿ ਮਾਈਗਰੇਟਰੀ ਐ ਮਾਈਗਰੇਟਰੀ ਲੈਪਰਡ ਉਹ ਨੇ ਜਾਨਕੀ ਜਿਵੇਂ ਮੌਸਮ ਦੇ ਹਿਸਾਬ ਨਾਲ ਇੱਧਰ ਆਉਂਦੇ ਨੇ ਨੀਚੇ ਅਤੇ ਫਿਰ ਗਰਮੀ ਦੇ ਮੌਸਮ ਦੇ ਵਿੱਚ ਇਹ ਉੱਪਰ ਪਹਾੜਾਂਵਲ ਚਲੇ ਜਾਂਦੇ ਨੇ ਉਹ ਮਾਈਗਰੇਟਰੀ ਲੈਪਰਡ ਉਹਨੇ ਇਹ ਵੀ ਇਸ ਵਾਈਲਡਲੈਸ ਸੈਂਚਰੀ ਦੇ ਵਿੱਚ ਪਾਏ ਜਾਂਦੇ ਹਨ ਹੁਣ ਅਗਲੀ ਆ ਜਾਂਦੀ ਹੈ ਕਟਲੌਰ ਵਾਈਲਡਲੈਸ ਸੈਂਚਰੀ ਜੋ ਕਿ ਆਪਣੀ ਅਜੇ ਦੀ ਸੈਕਿੰਡ ਲਾਸਟ ਵਾਈਲਡਲੈਸ ਸੈਂਚਰੀ ਵੀ ਹੈ ਇਹ ਜਿਲ੍ਹਾ ਪਠਾਨਕੋਟ ਦੇ ਵਿੱਚ ਪਾਈ ਜਾਂਦੀ ਹੈ ਅਤੇ ਤਕਰੀਬਨ 7700 ਏਕੜ ਦੇ ਵਿੱਚ ਫੈਲੀ ਹੋਈ ਹੈ ਇਸ ਵਾਈਲਡਲਾਈਫ ਸੈਂਚਰੀ ਦੇ ਵਿੱਚ ਵੀ ਜ਼ਿਆਦਾਤਰ ਪੋਪੂਲੇਸ਼ਨ ਹੈ ਜਿਹੜੀ ਉਹ ਕਿ ਨਦੀ ਹੋਵੇ ਅਤੇ ਹੋਰ ਵੀ ਕਈ ਜਾਨਵਰ ਜਿਹੜੇ ਕਿ ਪਿਛਲੀ ਵਾਰ ਦੇ ਸੈਂਚਰੀ ਚ ਕਾਮਨ ਸੀਗੇ ਉਹੀ ਇਹਦੇ ਵਿੱਚ ਵੀ ਪਾਈ ਜਾਂਦੇ ਹਨ ਹਨ ਆਪਣੀ ਅੱਜ ਦੀ ਆਖਰੀ ਵਾਰ ਦੇ ਸੈਂਚਰੀ ਜੋ ਕਿ ਨੰਗਲ ਵਾਈਲਡਲਾਈਫ ਸੈਂਚਰੀ ਇਹ ਜਿਹੜਾ ਰੋਪਨਗਰ ਦੇ ਵਿੱਚ ਜਿਹੜਾ ਨੰਗਲ ਡੈਮ ਬਣਿਆ ਹੋਇਆ ਉਹਦੇ ਆਸ-ਪਾਸੇ ਦੇ ਜਿਹੜੇ ਜੰਗਲ ਹੈ ਉਹਨਾਂ ਨੂੰ ਹੀ ਇਸ ਦੇ ਅੰਦਰ ਲਿਆਂਦਾ ਗਿਆ ਇਸ ਵਾਈਲਡਲਾਈਫ ਸੈਂਚਰੀ ਦੇ ਅੰਦਰ ਅਤੇ ਇਹ तकरीबन 116 ਹੈਕਟੇਅਰ ਦੇ ਵਿੱਚ ਫੈਲੀ ਹੋਈ ਹੈ ਇਸ ਵਾਈਲਡਲਾਈਫ ਸੈਂਚਰੀ ਦੇ ਅੰਦਰ ਸਾਂਬਰ ਬਾਕਿੰਗ ਡੀਅਰ ਜੈਕਲ ਪਾਈਥਨ ਅਤੇ ਮਾਈਗਰੇਟਰੀ ਲੈਪਰਡ ਜਾਨ ਨੇ ਅਤੇ ਹੋਰ ਵੀ ਕਈ ਜਾਨਵਰ ਅਤੇ ਪੰਛੀ ਪਾਈ ਜਾਂਦੇ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਕਿਸੇ ਵਾਰ ਦਿਨ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ